श्रीकाल जी सारों थोड़ा वेलकम प्रीमियर परिंदा पार गया साड़ी परिंदा पार गया जी तो वो सब करना जो तेरे जैसे अमीर बच्चे करते हैं ट्रैवल द वर्ल्ड सी थिंग्स इन दो स्पोर्ट्स कार्स क्रैश कर दो चार अफेयर कर भाई की कहना चाहोगे बहुत बढ़िया रूपी के नाम होने का बहुत बढ़िया काम अटेम्प्ट ला दे वॉक एंड गुड अटेम्प्ट गुड अटेम्प्ट केवे हो भाई वॉक एंड काम सी थैंक यू सो मच और मूवी बारे की कहना चाहोगे मैं ते कहूंगा कि पंजाब दी रॉकस्टार फिल्म आ बाकी हुण तां ऑडियंस दे उपर आ के ऑडियंस किन्ना के प्यार देंदी आ मैं लगदा वे बहुत प्यार दोगी मैं लगदा वे गुरनाम भाई दी तोड़ी सारेयां दी अग्गे भी वधिया फिल्मां करोगे बेस्ट फिल्म रहूगी बिल्कुल जी उम्मीद तां इही करदे आ बाकी लेट्स सी होप फॉर द बेस्ट बहुत वधिया जी बहुत सिरा लाता एंड तां मतलब कि पुछो ही ना तुसीं कमाल करती भाई ने म्यूजिक बहुत वधिया सी वीर जी बहुत वधिया गाना बहुत वधिया बहुत दमदार मार ਕਿਵੇਂ ਲੱਗੀ ਭਾਈ ਵੈਰੀ ਨਾਈਸ ਕਿਵੇਂ ਲੱਗੀ ਭਾਈ ਵੈਰੀ ਨਾਈਸ ਜੀ ਹਿੱਟ ਆ ਕਿਵੇਂ ਲੱਗੀ ਮੈਂ ਬਹੁਤ ਵਧੀਆ ਸੀਗੀ ਕਿਵੇਂ ਲੱਗੀ ਭਾਈ ਬਹੁਤ ਕੈਂਟ ਬਹੁਤ ਕੈਂਟ ਡੈਫੀਨਿਟਲੀ ਚੱਲੂਗੀ ਇਹ ਫਿਲਮ ਕਿਵੇਂ ਲੱਗੀ ਭਾਈ ਬਹੁਤ ਬੜੀਆ ਪੰਜੋ ਕਿੰਨੇ ਬਹੁਤ ਕੈਂਟ 5 ਸਟਾਰ ਕਿਵੇਂ ਲੱਗੀ ਭਾਈ ਗੁੱਡ ਗੁੱਡ ਹੋ ਗਿਆ ਭਾਈ ਮੈਂ ਦੇ ਕੇ ਆਇਆ ਰਿਵਿਊ ਬਹੁਤ ਸੋਹਣੀ ਮੂਵੀ ਹੈ ਵੀਰੇ ਇਹ ਵਨ ਮੂਵੀ ਕਿਵੇਂ ਲੱਗੀ ਭਾਈ 4.5 ਸਟਾਰ मैम किवें लगी मूवी बढ़िया लगी मुझे बहुत बढ़िया लगी बहुत बढ़िया लगी बहुत बढ़िया लगी किवें लगी बहुत बढ़िया लगी बहुत बढ़िया किवें लगी बहुत ऑसम सारे देखनी चाहिए थी ये मूवी किवें लगी मैम बहुत बढ़िया नाइस किवें लगी बहुत सोनी भाई तो थोड़ा किरदार भी बहुत अच्छा नहीं नहीं थोड़ा किरदार भी बहुत सोना थैंक यू भाई लगता है ये ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੀ ਬੈਸਟ ਫਿਲਮ ਹਾਂਜੀ ਬਹੁਤ ਮਤਲਬ ਬਹੁਤ ਕੁਝ ਸਿੱਖਣ ਨੂੰ ਹੀ ਮਿਲਿਆ ਮਤਲਬ ਇੱਕ ਜਰਨੀ ਸੀ ਕਿਸੇ ਐਕਟਰ ਦੀ ਜਾਂ ਕਿਸੇ ਕਲਾਕਾਰ ਦੀ ਹੈ ਨਾ ਬਹੁਤ ਸੋਹਣਾ ਲੱਗਿਆ ਮੈਨੂੰ ਖੁਦ ਨੂੰ ਮਤਲਬ ਸ਼ਬਦ ਨਹੀਂ ਆਏ ਕਹਿਣ ਵਾਸਤੇ ਬਹੁਤ ਕੈਂਟ ਸਾਰਿਆਂ ਦਾ ਕੰਮ ਥੈਂਕ ਯੂ ਭਾਈ ਥੈਂਕ ਯੂ ਕਿਵੇਂ ਲੱਗੀ ਮੈਨੂੰ ਬਹੁਤ ਅੱਛੀ ਲੱਗੀ ਤੇ ਲਾਟਾ ਬਹੁਤ ਵਧੀਆ ਕੈਰੈਕਟਰ ਕੀਤਾ ਇਹਨਾਂ ਨੇ ਤੇ ਬਾਕੀ ਇੱਕ ਜਰਨੀ ਹੁੰਦੀ ਹੈ ਜਿੱਦਾਂ ਨਾ ਸਟਾਰ ਦੀ ਕਿ ਉਹ ਕਦੇ ਟੁੱਟਦਾ ਕਦੇ ਫੇਰ ਉੱਠਦਾ ਫਿਰ ਉਹ ਬਹੁਤ ਅੱਛਾ ਸੀ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਮੂਵੀ ਸੀ ਕਿਵੇਂ ਲੱਗੀ ਬਹੁਤ ਸਹੀ ਮੂਵੀ ਕਿਹਦੀ ਐਕਟਿੰਗ ਵਧੀਆ ਲੱਗੀ ਸ਼ਿਪ ਡਾਇਰੈਕਟਰ ਹੁੰਦਾ ਜਿਨ੍ਹਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਤੇ ਇੰਨੀ ਸੋਹਣੀ ਫਿਲਮ ਬਣਾਈ ਹੈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਹੈ ਮੈਨੂੰ ਲੱਗਦਾ ਵੀ ਜਿਹੜੇ ਤੁਹਾਡੇ ਐਕਟਰ ਨੇ ਉਹਨਾਂ ਦੀ ਲਾਈਫ ਦੀ ਇਹ ਬੈਸਟ ਫਿਲਮ ਹੋਊਗੀ ਥੈਂਕ ਯੂ ਭਾਜੀ ਤੁਹਾਡੀ ਐਨੀਮੇ ਤੁਹਾਨੂੰ ਖੁਦ ਦੇਖ ਕੇ ਕਿਵੇਂ ਲੱਗੀ ਹਨਾ ਅੱਜ ਆਡੀਅੰਸ ਦੇ ਵਿੱਚ ਬੈਠ ਕੇ ਦੇਖ ਰਹੇ ਸੀ ਕਈ ਸੀਨ ਜਿਹਦੇ ਹੁੰਦਾ ਵੀ ਹਨਾ ਆਡੀਅੰਸ ਹੱਸੇ ਉਵੇਂ ਦਾ ਹੋਇਆ ਮੈਂ ਨਰਵਸ ਸੀਗਾ ਜੀ ਓਨੈਸਟਲੀ ਦੱਸਾਂ ਕਿਉਂਕਿ ਐਕਸਪੈਰੀਮੈਂਟਲ ਫਿਲਮ ਹੈ ਇਦਾਂ ਦੀ ਕਦੇ ਕੀਤੀ ਨਹੀਂ ਸੀ ਮੈਂ ਵੀ ਜ਼ਿਆਦਾ ਕਾਮੇਡੀ ਕੀਤੀ ਹੈ ਔਰ ਸਕਸੈਸ ਵੀ ਮਿਲੀ ਤੇ ਫਸਟ ਟਾਈਮ ਸੀਗਾ ਇੱਕ ਰੋਮਾਂਟਿਕ ਡਰਾਮਾ ਕਰ ਰਿਹਾ ਮੈਂ ਤੇ ਬਟ ਅੱਜ ਆਡੀਅੰਸ ਦਾ ਰਿਸਪੌਂਸ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਮਤਲਬ ਕਿ ਇਹੋ ਜਿਹੇ ਸੀਨ ਸੀਗੇ ਜੀ ਮੈਂ ਸੋਚਿਆ ਨਹੀਂ ਸੀ ਇੱਥੇ ਕਲੈਪਿੰਗ ਹੋਏਗੀ ਪਰ ਉਹਦਾਂ 'ਚ ਵੀ ਕਲੈਪਿੰਗ ਹੋਈ ਹਾਸਾ ਆਇਆ ਮਤਲਬ ਉਹਨਾਂ 'ਚ ਨੋਰਮਲ ਸੀਨ ਸੀਗੇ ਜਾਂ ਅਸੀਂ ਕਮੇਡੀ ਵਾਲੇ ਸ਼ਾਇਦ ਸਾਨੂੰ ਪੰਜ ਵੱਡੇ ਚਾਹੀਦੇ ਹੁੰਦੇ ਬਟ ਲੋਕਾਂ ਨੇ ਇੰਜੋਏ ਕੀਤੀ ਔਰ ਜਿਹੜੀ ਪੋਇਟਰੀ ਸੀਗੀ ਉਹ ਲੋਕਾਂ ਨੇ ਬਹੁਤ ਜ਼ਿਆਦਾ ਇੰਜੋਏ ਕੀਤੀ ਫਿਲਮ ਦੀ ਖਾਰਾ ਭਾਜੀ ਦੀ ਲਿਖੀ ਹੋਈ ਸੀਗੀ ਗਾਣੇ ਜਿੰਨੇ ਵੀ ਸੀਗੇ ਗਾਣੇ ਸਾਰਿਆਂ ਨੂੰ ਬਹੁਤ ਪਸੰਦ ਆਏ ਗਾਣੇ ਵਧੀਆ ਲੱਗੇ ਜੀ ਮਿਊਜ਼ਿਕ ਵਧੀਆ ਲੱਗਾ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਮਿਊਜ਼ਿਕ ਗੁਰਨਜ਼ਰ ਬਾਈ ਹੈ ਨਾ ਉਹਨਾਂ ਦੀ ਖਾਸ ਕਰ ਬਹੁਤ ਤਾਰੀਫ ਹੋ ਰਹੀ ਹੈ ਜਿਹੜੇ ਵੀ ਤੁਹਾਨੂੰ ਮੈਂ ਹੁਣ ਵੀ ਦੇਖ ਰਿਹਾ ਮਿਲ ਰਿਹਾ ਉਹ ਤੁਹਾਨੂੰ ਕਹਿ ਰਿਹਾ ਵੀ ਬਹੁਤ ਵੱਡੀ ਪਾਇੰਟ ਆ ਤੁਹਾਡੇ ਉਹਨਾਂ ਨੇ ਕੰਮ ਵਧੀਆ ਕਰ ਲਿਆ ਚਲੋ ਮੈਂ ਤਾਂ ਲੱਭ ਲਿਆ ਜਿਵੇਂ ਮਤਲਬ ਜਿਵੇਂ ਵੀ ਭਾਜੀ ਨੂੰ ਮੈਂ ਮਿਲਿਆ ਸੀਗਾ ਸਕ੍ਰਿਪਟ ਸੁਣਾਈ ਉਹਨਾਂ ਨੂੰ ਬਹੁਤ ਵਧੀਆ ਲੱਗੀ ਬਟ ਹੀ ਪਰਫਾਰਮ ਟੂ ਗੁੱਡ ਮਤਲਬ ਮੈਨੂੰ ਬਹੁਤ ਜ਼ਿਆਦਾ ਕੋਈ ਮਿਹਨਤ ਨਹੀਂ ਕਰਨੀ ਪਈ ਮੈਂ ਐਵੇਂ ਹੀ ਕਵਾਂ ਉਹ ਸਮਝ ਲੈਂਦੇ ਸੀਗੇ ਜਲਦੀ ਜੋ ਮੈਂ ਕਹਿ ਰਿਹਾ ਜਲਦੀ ਅੰਡਰਸਟੈਂਡ ਕੀਤਾ ਸੀ ਔਰ ਬਹੁਤ ਵਧੀਆ ਪਰਫਾਰਮ ਕੀਤਾ ਸਾਰੇ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਗੁਰਨਜ਼ਰ ਭਾਜੀ ਨੂੰ ਥੈਂਕ ਯੂ ਸੋ ਮਚ ਭਾਜੀ ਉਮੀਦ ਕਰਦੇ ਹਾਂ ਫਿਲਮ ਸੁਪਰ ਡੁਪਰ ਹਿੱਟ ਹੋਵੇ ਤੇ ਆਡੀਅੰਸ ਜ਼ਰੂਰ ਸਿਨੇਮਾ 'ਚ ਜਾ ਕੇ ਦੇਖੇ ਥੈਂਕ ਯੂ ਭਾਜੀ ਥੈਂਕ ਯੂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦਾ ਸ਼ਿੰਦੇ ਭਾਜੀ ਦੇ ਕਰੀ ਤਾੜੀਆਂ ਮਾਰ ਬਿਲਕੁਲ ਬਾਕੀ ਇਹਨਾਂ ਨੇ ਮਤਲਬ ਅਕਸਰ ਗੱਲਾਂ ਰਹਿੰਦਾ ਸਾਰਿਆਂ ਦਾ ਕਿ ਡਾਇਰੈਕਟਰਸ ਜਾਂ ਐਕਟਰਸ ਵੀ ਇੱਕ ਫਿਲਮ ਖਤਮ ਹੁੰਦੀ ਹੈ ਦੂਜੀ ਸ਼ੁਰੂ ਕਰ ਲੈਂਦੇ ਨੇ ਆਈ ਥਿੰਕ 2 ਸਾਲ ਹੋ ਗਏ ਇਹਨਾਂ ਨੇ ਕੋਈ ਹੋਰ ਫਿਲਮ ਨਹੀਂ ਕੀਤੀ ਸਿਰਫ ਇੱਕ ਪਰਿੰਦਾ ਨੂੰ ਹੀ ਬਣਾਉਂਦੇ ਨੇ ਕਾਫੀ ਟਾਈਮ ਤੋਂ ਬੰਬੇ ਵੀ ਸੀਗੇ
पिंजरे दे विच कैद रहण दी आदत नहीं सी ओनू
ਉਮਰਾਂ ਦੇ ਲਈ ਫੈਜ਼ ਰਹਿਣ ਦੀ ਆਦਤ ਨਹੀਂ ਸੀ ਉਹਨੂੰ ਐਸਾ ਇਸ਼ਕ ਦੇ ਹੱਥੇ ਚੜਿਆ ਜ਼ਿੰਦਗੀ ਇਸ਼ਕ ਤੋਂ ਬਾਹਰ ਗਿਆ ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ ਪਰਿੰਦਾ ਪਾਰ ਗਿਆ ਉਡਾਰੀ ਮਾਰ ਗਿਆ नहीं जी मैं बस एंजॉय कर रही हूँ मोमेंट थे बस थैंक यू सो मच।